ਕੀ ਕਹਿਣਾ ਚਾਹੋਗੇ ਦੇਖੋ ਮੈਂ ਤਾਂ ਉਦਾਂ ਜਿੱਦਾਂ ਆ ਕਾਫੀ ਸਮਾਂ ਹੋ ਗਿਆ ਸੀ ਮੈਂ ਇੱਥੇ ਪਹੁੰਚ ਨਹੀਂ ਸਕਿਆ ਸੀ ਕਿਹਾ ਤਾਂ ਇਹਨਾਂ ਦਾ ਹਾਲ ਪੁੱਛਣ ਆਇਆ ਪਿੱਛੇ ਸਰਦ ਬਲਕੌਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਦੀ ਸਿਹਤ ਠੀਕ ਨਹੀਂ ਸੀਗੀ ਉਹ ਇਹਨਾਂ ਦਾ ਪਤਾ ਲੈਣਾ ਆਏ ਸੀ ਕਿ ਬਾਕੀ ਜੋ ਇਹਨਾਂ ਦੇ ਨਾਲ ਬੀਤ ਰਿਹਾ ਹੈਗਾ ਜਿਸ ਢੰਗ ਦੇ ਨਾਲ ਇੱਕ ਤਸੱਲੀ ਬਖਸ਼ ਇੱਕ ਇਨਸਾਫ ਹੋਣਾ ਚਾਹੀਦਾ ਸੀਗਾ ਸ਼ੁਭਦੀਪ ਦੇ ਕਤਲ ਦਾ ਉਹ ਕਿਤੇ ਨਾ ਕਿਤੇ ਪਰਿਵਾਰ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਲੱਗਦਾ ਵਾ ਕਿ ਉਹ ਪੂਰਨ ਤੌਰ ਤੇ ਇਨਸਾਫ ਇਹਨਾਂ ਨੂੰ ਮਿਲ ਨਹੀਂ ਰਿਹਾ ਠੀਕ ਹੈ ਸ਼ੂਟਰਸ ਫੜੇ ਨੇ ਗੈਂਗਸਟਰਸ ਫੜੇ ਨੇ ਪਰ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਰਚੀ ਜਿਹਦੇ ਕਰਕੇ ਇਸ ਸਾਡੇ ਹੋਣ ਹਾਰ ਨੌਜਵਾਨ ਦਾ ਨੁਕਸਾਨ ਹੋਇਆ ਉਹਨਾਂ ਤੇ ਹਲੇ ਕੋਈ ਪੁਖਤਾ ਕਾਰਵਾਈ ਨੰਬਰ 1 ਨੰਬਰ 2 ਜਿਹੜਾ ਆਮ ਆਦਮੀ ਪਾਰਟੀ ਦੇ ਨਲੈਕੀ ਸੀਗੀ ਜਿਹੜਾ ਇਹਨਾਂ ਨੇ ਉਹ ਸ਼ੇਅਰ ਕੀਤਾ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ ਸੇ ਜਿਹਦੇ ਕਰਕੇ ਕਾਤਲਾ ਨੂੰ ਮੌਕਾ ਮਿਲ ਗਿਆ ਕਿ ਸਿਕਿਉਰਿਟੀ ਵਾਪਸ ਲਈ ਉਹਦੇ ਤੇ ਵੀ ਕਿਸੇ ਦੀ ਕੋਈ ਰਿਸਪੌਂਸਿਬਿਲਟੀ ਫਿਕਰ ਸਰਕਾਰ ਨੇ ਵੀ ਨਹੀਂ ਕੀਤੀ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਬੜੀਆਂ ਇੰਪੋਰਟੈਂਟ ਅੱਜ ਵੀ ਇੱਥੇ ਸਿਕਿਉਰਿਟੀ ਦਾ ਵਾਤਾਵਰਨ ਸਾਰੇ ਪੰਜਾਬ ਦੇ ਵਿੱਚ ਸੰਤੁਸ਼ਟ ਨਹੀਂਗਾ ਮੈਂ ਹੁਣੇ ਐਸਐਸਪੀ ਨਾਲ ਵੀ ਗੱਲ ਕੀਤੀ ਆ ਕਿ ਜਿਹੜੀ ਆ ਸੜਕ ਜਾਂਦੀ ਆ ਮਾਨਸਾ ਤਲਵੰਡੀ ਸਾਬੂ ਘਟੂ ਘਟ ਇੱਥੇ ਇੱਕ ਨਾਕਾ ਦਾ ਤਾਇਨਾਤ ਕਰੋ ਜਿੱਥੇ ਆ ਜਿਹੜੀ ਇਹਨਾਂ ਦੇ ਘਰ ਨੂੰ ਜਾਂ ਆਲੇ ਦੁਆਲੇ ਐਕਸੈਸ ਹੈਗੀ ਇੱਥੇ ਪੁਲਿਸ ਦੀ ਪ੍ਰੋਪਰ ਨਿਗਰਾਨੀ ਰਵੇ ਸੋ ਇਸ ਤਰ੍ਹਾਂ ਨਾਲ ਇਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਨੇ ਡਿਸਕਸ ਕੀਤੀਆਂ ਵਾ ਔਰ ਵੈਸੇ ਮਜਮੂਈ ਤੌਰ ਤੌਰ ਤੇ ਮੈਂ ਉਹਨਾਂ ਦਾ ਹਾਲ ਪੁੱਛਣ ਲਈ ਉਹਨਾਂ ਨਾਲ ਆਪਣਾ ਅਹ ਹਮਦਰਦੀ ਪ੍ਰਗਟ ਕਰਨ ਵਾਸਤੇ ਔਰ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਜਿਹੜਾ ਸੈਸ਼ਨ ਅਗਰ ਵਿਧਾਨ ਸੱਦਿਆ ਦਸੰਬਰ ਚ ਤਾਂ ਅਸੀਂ ਸਿੱਧੂ ਮੂਸੇਵਾਲੇ ਦਾ ਮਸਲੇ ਨੂੰ ਉੱਥੇ ਚੱਕਾਂਗੇ ਕਿਉਂਕਿ ਪਿਛਲਾ ਜਿਹੜਾ ਸੈਸ਼ਨ ਸੀਗਾ ਉਹ ਤਾਂ ਵਾਸ਼ ਆਊਟ ਸੀਗਾ ਉਹਦੇ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਖਾਸ ਤੌਰ ਤੇ ਮੈਨੂੰ ਬਿਲਕੁਲ ਕੰਪਲੀਟ ਤੌਰ ਤੇ ਰੋਕਿਆ ਗਿਆ ਸੋ ਵਿਧਾਨ ਸਭਾ ਦੇ ਵਿੱਚ ਵੀ ਇਸ ਮਸਲੇ ਨੂੰ ਅਸੀਂ ਆਣ ਲੈ ਕੇ ਜਾਵਾਂਗੇ ਇੱਕ ਗੈਂਕਰ ਭੱਜ ਜਾਂਦਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਕਿਵੇਂ ਉਹੀ ਤਾਂ ਮੈਂ ਦੇਖ ਰਿਹਾ ਹਾਂ ਉਹੀ ਤਾਂ ਇਹਨਾਂ ਦੇ ਪਰਿਵਾਰ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਇੱਥੇ ਆਣ ਕੇ ਦਾ ਸ਼ੁਭਾ ਪੈਦਾ ਹੁੰਦਾ ਕਿ ਐਡਾ ਸੀਰੀਅਸ ਮਸਲਾ ਵਾ ਇੰਪੋਰਟੈਂਟ ਹੀ ਕਿਦਾਂ ਮਰਡਰ ਹੋਇਆ ਵਾ ਔਰ ਉਹਦੇ ਚ ਗੈਂਗਸਟਰ ਕਿੰਨੇ ਆਰਾਮ ਜਿਹੇ ਦੇ ਨਾਲ ਇੱਕ ਪੁਲਿਸ ਕਸਟਡੀ ਤੋਂ ਭੱਜ ਜਾਣਾ ਇਹ ਸਾਰੀਆਂ ਗੱਲਾਂ ਲੋਕਾਂ ਦੇ ਮਨਾਂ ਦੇ ਵਿੱਚ ਜਾਦਾ ਹੋਰ ਸ਼ੁਭਾ ਪੈਦਾ ਕਰਦੀਆਂ ਜਿਹਦੇ ਕਰਕੇ ਇਨਸਾਫ ਦੀ ਜਿਆਦਾ ਮੰਗ ਪੰਜਾਬ ਦੇ ਵਿੱਚ ਰਿਪੀਟਿਡਲੀ ਉੱਠ ਰਹੀ ਆ ਔਰ ਪਰਿਵਾਰ ਡਿਸਸੈਟੀਸਫਾਈਡ ਆ ਆਮ ਉਹਦੇ ਜਿਹੜੇ ਸਪੋਰਟਰਸ ਨੇ ਜਿਹੜੇ ਉਹਦੇ ਵੈਲ ਵਿਸ਼ਸ ਆ ਉਹ ਵੀ ਸੰਤੋਸ਼ ਨਹੀਂ ਇਸ ਜਾਂਚ ਤੋਂ ਔਰ ਮੈਂ ਸਮਝਦਾ ਕਿ ਇਹ ਹੁਣ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਕਿ ਇਹਨਾਂ ਨੂੰ ਫੁੱਲ ਜਸਟਿਸ ਇਨਸ਼ੋਰ ਹੋਣਾ ਚਾਹੀਦਾ ਇੰਟੈਲੀਜੈਂਸ ਦੇ ਥਰੂ ਜਿਹੜੇ ਪਰਚੇ ਕੀਤੇ ਜਾ ਰਹੇ ਆ ਆਪ ਤਰ੍ਹਾਂ ਤੇ ਅਧਿਕਾਰੀਆਂ ਤੇ ਉਹਨਾਂ ਨੂੰ ਕਰਪ ਦੱਸ ਕੇ ਕੀ ਕਰਨਗੇ ਦੇਖੋ ਕਰਪਸ਼ਨ ਇੱਕ ਇੰਪੋਰਟੈਂਟ ਇਸ਼ੂ ਆ ਪੰਜਾਬ ਦਾ ਔਰ ਜਿਹੜੇ ਵਿਜੀਲੈਂਸ ਬਿਊਰੋ ਜਾਂ ਜਿਹੜੀਆਂ ਜੇ ਤਾਂ ਉਹ ਨਿਰਪੱਖ ਕਾਰਵਾਈਆਂ ਕਰਨਗੇ ਬਿਨਾ ਕਿਸੇ ਭਿੰਨ ਭੇਦ ਤੋਂ ਫਿਰ ਤਾਂ ਲੋਕਾਂ ਦਾ ਉਹਦੇ 'ਚ ਵਿਸ਼ਵਾਸ ਪੱਜਦਾ ਵਾ ਜੇ ਆਪਾਂ ਸਿਰਫ ਆਪੋਜੀਸ਼ਨ ਨੂੰ ਟਾਰਗੇਟ ਕਰਦੇ ਆਂ ਬਾਕੀ ਆਪਣੇ ਬੰਦਿਆਂ ਨੂੰ ਬਚਾਉਨੇ ਆ ਜਿੱਦਾਂ ਮਿਸਾਲ ਦੇ ਤੌਰ ਤੇ ਫੌਜਾ ਸਿੰਘ ਸਰਾਰੀ ਆ ਉਹਦੇ ਖਿਲਾਫ ਕਿੰਨਾ ਵੱਡਾ ਭ੍ਰਿਸ਼ਟਾਚਾਰ ਦਾ ਇਲਜ਼ਾਮ ਹੈ ਉਸ ਨੂੰ ਬਚਾਇਆ ਜਾ ਰਿਹਾ ਵਾ लवली ਯੂਨੀਵਰਸਿਟੀ ਦਾ ਮਾਲਕ ਜਿਹੜਾ ਆਮ ਆਦਮੀ ਪਾਰਟੀ ਦਾ ਐਮਪੀ ਅਸ਼ੋਕ ਮਿੱਤਲ ਉਹਦੇ ਯੂਨੀਵਰਸਿਟੀਜ਼ ਵਿੱਚ 100 ਕਰੋੜ ਰੁਪਏ ਦੀ ਪੰਚਾਇਤ ਦੀ ਜ਼ਮੀਨ 'ਤੇ ਢੇਡੂ ਪਿੰਡ ਦੀ ਦੱਬੀ ਹੋਈ ਆ ਉਹਦਾ ਜਿਹੜਾ ਚੇਂਜ ਆਫ ਲੈਂਡ ਯੂਜ਼ ਅੱਜ ਵੀ 650 ਏਕੜ ਵਿੱਚੋਂ ਸਿਰਫ 214 ਏਕੜ ਦਾ ਚੇਂਜ ਆਫ ਲੈਂਡ ਯੂਜ਼ ਉਹਦੇ ਕੋਲ ਕਾਨੂੰਨੀ ਤੌਰ ਦੇ ਉੱਤੇ ਉਪਲ ਬਾਕੀ ਹਰ ਯੂਨੀਵਰਸਿਟੀ ਗੈਰ ਕਾਨੂੰਨੀ ਆ ਸੋ ਇਸ ਕਰਕੇ ਇਹ ਜਿਹੜਾ ਸਿਲੈਕਟਿਵ ਟਾਰਗੇਟਿੰਗ ਆ ਬਹੁਤ ਮਾੜੀ ਹੁਣ ਵੀ ਅਸੀਂ ਮਹਾਰਾਜਪਿੰਡ ਚੱਲੇ ਆ ਬਟੰਡੇ ਲੱਖੇ ਸਿਧਾਣੇ ਦੇ ਕੱਟ ਵਿੱਚ ਤੁਸੀਂ ਲੱਖੇ ਸਿਧਾਣੇ ਨੂੰ ਚੱਕ ਕੇ ਤਸਕਰੀ ਦੇ ਕੇਸ ਵਿੱਚ ਹਥਿਆਰਾਂ ਦੇ ਕੇਸ ਵਿੱਚ ਇਹਦਾ ਮਤਲਬ ਪੰਜਾਬ ਪੁਲਿਸ ਜਿਹੜਾ ਵਾ ਉਹਦੇ ਉਹਦੀ ਉਹਦੀ ਕ੍ਰੈਡੀਬਿਲਿਟੀ ਇਹ ਆ ਕਿ ਜਿੱਥੋਂ ਉੱਤੋਂ ਹੁਕਮ ਹੁੰਦਾ ਉੱਥੇ ਕਾਰਵਾਈਆਂ ਹੁੰਦੀਆਂ ਜਿੱਥੋਂ ਤੱਕ ਅਫਸਰਸ਼ਾਹੀ ਦਾ ਹੈਗਾ ਮੈਂ ਸਮਝਦਾ ਕਿ ਅਫਸਰ ਜਿਹੜੇ ਨੇ ਕਿਉਂਕਿ ਪੋਲਿਟਿਕਲ ਆਦਮੀ ਦਾ ਕੈਮਰਿਆਂ ਦੇ ਮੋਹਰੇ ਨਜ਼ਰ ਆ ਰਹੇ ਨੇ ਅਫਸਰ ਜਿਹੜੇ ਨੇ ਬਿਹ ਜਿੰਨੇ ਵੀ ਕਰਪਟ ਆਫਸਰਸ ਆ ਇਹਨਾਂ ਦੇ ਖਿਲਾਫ ਪੁਖਤਾ ਕਾਰਵਾਈ ਹੋਣੀ ਚਾਹੀਦੀ ਬੜੇ ਵੱਡੇ ਵੱਡੇ ਸਕੈਂਡਲਸ ਨੇ ਇਰੀਗੇਸ਼ਨ ਦਾ ਸਕੈਮ ਹੈਗਾ 2000 ਕਰੋੜ ਰੁਪਏ ਦਾ ਉਦੀ ਹਲੇ ਕੋਈ ਤੈਹ ਤੱਕ ਨਹੀਂ ਪਹੁੰਚ ਸਕਿਆ ਕਿ ਕਿਹਨਾ ਕਿਹਨਾ ਲੋਕਾਂ ਨੇ ਉੱਥੇ ਚ ਕਪਲਾ ਕੀਤਾ ਵਾ ਗਮਾੜਾ ਦਾ ਇੱਕ ਸਕੈਮ ਹੈਗਾ 2000 ਕਰੋੜ ਰੁਪਏ ਦਾ ਸੋ ਇਸ ਕਰਕੇ ਇਹ ਬਹੁਤ ਇੰਪੋਰਟੈਂਟ ਇਸ਼ੂ ਆ ਜਿਸ ਕਰਪਸ਼ਨ ਦੇ ਕਰਕੇ ਸਾਡਾ ਪੰਜਾਬ ਦਾ ਬੇੜਾ ਗਰਖ ਹੋਇਆ ਵਾ ਉਸ ਦੀ ਤੈਹ ਤੱਕ ਜਾਣਾ ਚਾਹੇ ਕੋਈ ਹੋਵੇ ਫਿਰ ਚਾਹੇ ਕੋਈ ਤਾਕਤਵਾਰ ਬੰਦਾ ਹੋਵੇ ਚਾਹੇ ਕੋ ਪੋਲੀਟਿਸ਼ੀਅਨ ਆ ਚਾਹੇ ਕੋ ਅਫਸਰ ਆ ਨੋਬਡੀ ਸ਼ੁਡ ਬੀ ਸਪੇਡ ਫਿਰ ਕ腐ਸ਼ਨ ਦੇ ਉਤੇ ਸਹੀ ਜਿਹੜਾ ਨਤੀਜਾ ਨਿਕਲਿਆ ਚੀਅਰਸ਼ਿਪ ਤੇ ਜਿਹੜੇ ਭਗਵਾਨਤ ਮਾਨ ਗੈਰ ਹਾਜ਼ਰ ਰਹਿੰਦੇ ਰਾਸ਼ਟਰਪਤੀ ਨੇ ਵੀ ਜਿਹੜਾ ਮੁੱਦਾ ਠਾਇਆਗਾ ਕਿਵੇਂ ਦੇਖਦੇ ਕੋ ਮੈਨੂੰ ਇਹ ਲੱਗਦਾ ਵਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਗੁਜਰਾਤ ਤੇ ਹਿਮਾਚਲ ਨੂੰ ਤਰਜੀਹ ਦੇ ਰਹੀ ਪੰਜਾਬ ਦੇ ਵਿੱਚ ਹਾਕਾਰ ਮੱਚੀ ਹੋਈ ਆ ਕਿਸਾਨਾਂ ਦੇ ਧਰਨੇ ਲੱਗ ਰਹੇ ਨੇ ਐਮਪਲੋਈਜ਼ ਦੇ ਧਰਨੇ ਲੱਗ ਗਏ ਕੱਲ ਮੈਂ ਪੀਟੀਆਈ ਦੇ ਧਰਨੇ ਤੇ ਗਿਆ ਉੱਥੇ ਸੁਹਾਣੇ ਪਿੰਡ ਦੇ ਟੈਂਕੀ ਤੇ ਚੜੇ ਹੋਏ ਨੇ 646 ਪੀਟੀਆਈ ਉਹੀ ਸਿੱਪੀ ਸ਼ਰਮਾ ਜਿਹਨੂੰ ਅਰਵਿੰਦ ਕੇਜਰੀਵਾਲ ਨੇ ਆਪਣੇ ਭੈਣ-ਭਾਲ ਬਣਾ ਕੇ ਉਥੋਂ ਟੈਂਕੀ ਤੋਂ ਲਾਇਆ ਸੀ ਇਲੈਕਸ਼ਨਾਂ ਤੋਂ ਪਹਿਲਾਂ ਸੋ ਪੰਜਾਬ ਦੇ ਵਿੱਚ ਹਰ ਪੱਖ ਤੋਂ ਕਾਨੂੰਨ ਵਿਵਸਥਾ ਬਹੁਤ ਮਾੜੀ ਆ ਇੰਨੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਇੰਨਾ ਨਸ਼ੇ ਦੀ ਤਸਕਰੀ ਹੋ ਰਹੀ ਐ ਇੰਨੀ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਐ ਲੇਕਿਨ ਕੇਜਰੀਵਾਲ ਸਿਟੀ ਮਾਰ ਕੇ ਭਗਵੰਦ ਮਾਨ ਨੂੰ ਉੱਥੇ ਬੁਲਾ ਲੈਂਦੇ ਨੇ ਤੇ ਉਹ ਭੱਜ ਜਾਂਦਾ ਆਪਣੇ ਸਾਰੀ ਸਟੇਟ ਨੂੰ ਕੱਲ ਰਾਸ਼ਟਰਪਤੀ ਦੇ ਫੰਕਸ਼ਨ ਤੇ ਚੀਫ ਮਿਨਿਸਟਰ ਦਾ ਹਾਜ਼ਰ ਹੋਣਾ ਬਣਦਾ ਸੀਗਾ ਚੰਡੀਗੜ੍ਹ ਸਾਡਾ ਇੱਕ ਸ਼ਹਿਰ ਆ ਪੰਜਾਬ ਦਾ ਚੀਫ ਮਿਨਿਸਟਰ ਦਾ ਨਾਂ ਜਾਣਾ ਇਹਦਾ ਮਤਲਬ ਤੁਸੀਂ ਆਪਣੇ ਕਲੇਮ ਨੂੰ ਡਾਇਲੂਟ